ਹਾਂਜੀ, ਮੇਰਾ ਨਾਮ ਰਣਜੀਤ ਕੌਰ ਹੈ ਜੀ। ਮੇਰੇ ਪਿੱਤੇ 'ਚ ਪੱਤਰੀਆਂ ਸੀਗੀਆਂ। ਮੈਂ ਬੈਸਟ ਸਰਜਨ ਕੋਲ ਹੀ ਆਪਣਾ ਜਿਹੜੀ ਹੈ ਸਰਜਰੀ ਕਰਵਾਉਣਾ ਚਾਹੁੰਦੀ ਸੀ। ਮੇਰਾ ਪਿੰਡ ਧਰਮਕੋਟ ਦੇ ਨੇੜੇ ਹੈ ਅਤੇ ਮੈਂ ਮਤਲਬ ਕਿ ਵਧੀਆ ਸਰਜਨ ਦੇ ਲਈ ਮੈਂ ਗੂਗਲ ਸਰਚ ਵੀ ਕੀਤਾ ਅਤੇ ਉਹਦੇ 'ਤੇ ਵੀ ਜਿਹੜਾ ਡਾਕਟਰ ਅਮਿਤ ਸੂਦ ਇਹਨਾਂ ਦਾ ਨਾਮ ਆ ਰਿਹਾ ਸੀਗਾ। ਉਸ ਤੋਂ ਬਾਅਦ ਮੈਂ ਯੂਟਿਊਬ 'ਤੇ ਵੀ ਇਹਨਾਂ ਦੀਆਂ ਕਾਫੀ ਵੀਡੀਓ ਜਿਹੜੀਆਂ ਦੇਖੀਆਂ। ਬਹੁਤ ਵਧੀਆ ਸਰਜਨ ਇਹ। ਇਹਨਾਂ 'ਤੇ ਕੋਲ ਆਉਣ ਤੋਂ ਪਹਿਲਾਂ ਮੈਨੂੰ ਕਈਆਂ ਨੇ ਵੀ ਕੋਈ ਆਪਣੀਆਂ ਸਲਾਹਾਂ ਦਿੱਤੀਆਂ ਸੀਗੀਆਂ ਕਿ ਲੋਅਰ ਰੇਟ ਵਿੱਚ ਵੀ ਓਪਰੇਸ਼ਨ, ਪਰ ਮੇਰੇ ਲਈ ਪੈਸਾ ਮੈਟਰ ਨਹੀਂ ਕਰਦਾ ਸੀਗਾ। ਮੈਨੂੰ ਇਹ ਸੀ ਕਿ ਮੇਰਾ ਜਿਹੜਾ ਓਪਰੇਸ਼ਨ ਹੈ ਵਧੀਆ ਬੈਸਟ ਸਰਜਨ ਕੋਲ ਹੀ ਹੋਵੇ। ਅਤੇ ਅਸੀਂ ਮਤਲਬ ਕਿ 23-24 ਤਰੀਕ ਨੂੰ ਜੂਨ ਨੂੰ ਮੈਂ ਇੱਥੇ ਡਾਕਟਰ ਸਾਹਿਬ ਨੂੰ ਆ ਕੇ ਮਿਲੀ, ਡਾਕਟਰ ਅਮਿਤ ਸੂਦ ਨੂੰ। ਸਰ ਨੇ ਵੀ ਮੇਰਾ ਪੂਰਾ, ਮੈਂ ਪਹਿਲਾਂ ਡਰਦੀ ਵੀ ਸੀਗੀ ਓਪਰੇਸ਼ਨ ਤੋਂ, ਅਤੇ ਸਰ ਨੇ ਮੇਰਾ ਪੂਰਾ ਜਿਹੜਾ ਡਰ ਦੂਰ ਕੀਤਾ ਅਤੇ ਉਹਨਾਂ ਨੇ ਸਾਰੇ ਆਪਣੇ ਟੈਸਟ ਵਗੈਰਾ ਲਿਆ। 28 ਤਰੀਕ ਦੀ ਉਹਨਾਂ ਨੇ ਸਾਨੂੰ ਡੇਟ ਦਿੱਤੀ ਓਪਰੇਸ਼ਨ ਦੀ ਅਤੇ ਮੈਂ ਆ ਕੇ ਓਪਰੇਸ਼ਨ ਜਿਹੜਾ ਵਾ ਮੇਰਾ ਹੋਇਆ। ਓਪਰੇਸ਼ਨ ਦੇ ਦੌਰਾਨ ਮੈਨੂੰ ਕੋਈ ਵੀ ਇੰਜੈਕਸ਼ਨ ਜਿਹੜਾ ਆ ਬੈਕ 'ਤੇ ਜੋ ਵੀ ਲੱਗਦਾ ਨਹੀਂ ਲਾਇਆ ਗਿਆ। ਅੱਧੇ ਘੰਟੇ ਦੇ ਵਿੱਚ ਹੀ ਓਪਰੇਸ਼ਨ ਹੋ ਗਿਆ, ਮੈਨੂੰ ਕੋਈ ਵੀ ਪਤਾ ਨਹੀਂ ਲੱਗਿਆ ਗਾ। ਅਤੇ ਜਦੋਂ ਮੈਨੂੰ ਹੋਸ਼ ਆਇਆ ਵਾ, ਮੈਂ ਸਭ ਤੋਂ ਪਹਿਲਾਂ ਇਹੀ ਪੁੱਛਿਆ ਆਪਣੇ ਬ੍ਰਦਰ ਨੂੰ ਕਿ ਮੇਰਾ ਓਪਰੇਟ ਜਿਹੜਾ ਹੋ ਗਿਆ ਵਾ। ਇੰਨਾ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਗਾ। ਅਤੇ ਉਸ ਤੋਂ ਓਪਰੇਸ਼ਨ ਤੋਂ 2-3 ਘੰਟਿਆਂ ਬਾਅਦ ਹੀ ਜਿਹੜਾ ਆ ਵੀ ਮੈਂ ਮਤਲਬ ਕਿ ਆਪਣੇ ਆਪ ਹੀ ਉੱਠੀ। ਮੈਨੂੰ ਮਤਲਬ ਕਿ ਜਿੱਦਾਂ ਗੇੜਾ ਵੀ ਲਗਵਾਇਆ ਗਿਆ, ਤੋਰਿਆ ਗਿਆ। ਅਤੇ ਬਹੁਤ ਵਧੀਆ ਨੇ ਡਾਕਟਰ ਅਮਿਤ ਸੂਦ। ਅਤੇ ਸਾਰਿਆਂ ਨੂੰ ਮੇਰੀ ਇਹੀ ਰਾਏ ਆ ਕਿ ਕੋਈ ਵੀ ਤੁਹਾਨੂੰ ਕੋਈ ਹਰਨੀਆ ਆ ਜਾਂ ਬੱਚੇਦਾਨੀ ਦੀਆਂ ਰਸੌਲੀਆਂ ਆ, ਕੋਈ ਕਿਡਨੀ ਸਟੋਨ ਆ, ਪਿੱਤੇ ਦੇ ਕੁਛ ਵੀ ਆ, ਤਾਂ ਤੁਸੀਂ ਇੱਥੋਂ ਜ਼ਰੂਰ ਜਿਹੜਾ ਡਾਕਟਰ ਸਾਹਿਬ ਨੂੰ ਆ ਕੇ ਮਿਲੋ। ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ, ਇਹ ਸਾਰਾ ਮੋਟਾਪੇ ਦੇ ਓਪਰੇਸ਼ਨ ਜਿਹੜੇ ਆ, ਬਹੁਤ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ। ਸਾਡੇ ਰੈਲੇਟਿਵ ਹੈ, ਉਹਨਾਂ ਨੇ ਵੀ ਮਤਲਬ ਕਿ ਮੋਟਾਪੇ ਅਤੇ ਪਿੱਤੇ ਦੇ ਦੋਨੋਂ ਓਪਰੇਸ਼ਨ ਇੱਕੋ ਦਿਨ ਹੀ ਉਹਨਾਂ ਦੇ ਹੋਏ ਆ, ਅਤੇ 2 ਦਿਨ ਬਾਅਦ ਹੀ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਹੋਸਪਿਟਲ ਤੋਂ। ਅਤੇ ਇਸ ਟਾਈਮ ਉਹ ਵੀ ਬਹੁਤ ਵਧੀਆ ਆ। ਮੇਰੇ ਵੀ ਓਪਰੇਸ਼ਨ ਨੂੰ ਅੱਜ 13-14 ਦਿਨ ਹੋ ਗਏ ਆ ਅਤੇ ਮੈਂ ਸਭ ਕੁਛ ਖਾ ਪੀ ਰਹੀ ਹਾਂ ਅਤੇ ਕੋਈ ਵੀ ਮੈਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ। ਅਤੇ ਮੇਰੀ ਸਾਰਿਆਂ ਨੂੰ ਇਹੀ ਰਾਏ ਆ ਵੀ ਕਿਸੇ ਨੂੰ ਕੋਈ ਵੀ ਰਸੌਲੀਆਂ ਜਾਂ ਕੋਈ ਕਿਡਨੀ ਸਟੋਨ ਆ, ਪਿੱਤੇ ਦੀਆਂ ਪੱਥਰੀਆਂ ਆ, ਜਾਂ ਮਤਲਬ ਕਿ ਕੋਈ ਮੋਟਾਪੇ ਦਾ ਓਪਰੇਸ਼ਨ ਕਰਵਾਉਣਾ ਚਾਹੁੰਦਾ ਆ, ਤਾਂ ਡਾਕਟਰ ਅਮਿਤ ਸੂਦ ਨੂੰ ਜ਼ਰੂਰ ਮਿਲੋ। ਧੰਨਵਾਦ।